ਮੈਂ ਅੱਜ ਆਪਣੇ ਪਿੰਡ ਆਇਆ। ਸਿਆਣੇ ਕਹਿੰਦੇ ਆ ਕਿ ਬੰਦਾ ਜਿੱਡਾ ਮਰਜ਼ੀ ਵੱਡਾ ਬਣ ਜੇ, ਆਪਣੇ ਪਿੰਡ ਦੇ ਲੋਕਾਂ ਤੋਂ, ਆਪਣੀਆਂ ਚਾਚੀਆਂ ਤਾਈਆਂ ਤੋਂ, ਆਪਣੇ ਭੈਣਾਂ ਭਾਈਆਂ ਤੋਂ ਵੱਡਾ ਨਹੀਂ ਹੋ ਸਕਦਾ। ਇਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਹਾਂ, ਇਸੇ ਪਿੰਡ ਦੀਆਂ ਗਲੀਆਂ 'ਚ ਵੱਡੇ ਹੋਏ ਹਾਂ, ਕਲਾਕਾਰ ਦੇ ਤੌਰ 'ਤੇ ਵੀ ਵਿਚਰੇ ਹਾਂ। ਹੁਣ ਪੰਜਾਬ ਦੇ ਇੱਕ ਮੁੱਖ ਸੇਵਾਦਾਰ ਦੇ ਤੌਰ 'ਤੇ ਡਿਊਟੀ ਲੱਗੀ ਹੋਈ ਹੈ, ਅਤੇ ਮੈਂ ਬੇਨਤੀ ਕਰਨ ਆਇਆ ਸੀ ਪਿੰਡ 'ਚ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ। ਅਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਆ, ਬਿਨਾਂ ਲੜਾਈਆਂ ਪੜ੍ਹਾਈਆਂ ਤੋਂ ਸਰਪੰਚ ਚੁਣ ਰਹੇ ਨੇ, ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲਓ। ਤਾਂ ਮੈਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਾਣ ਰੱਖਣਗੇ ਅਤੇ ਇਸ ਪਿੰਡ 'ਚ ਸਰਬਸੰਮਤੀ ਹੋ। ਇਸ ਵਾਰ ਜ਼ਿਆਦਾਤਰ ਸਰਬਸੰਮਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਇਹਨੂੰ ਚੰਗੀ ਗੱਲ ਹੈ ਜੀ ਸਰਬਸੰਮਤੀ। ਕਿਉਂਕਿ ਦੇਖੋ MLA ਜਾਂ MP ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ, ਬਸ ਵੋਟਾਂ ਪਾਤੀਆਂ, ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀਆਂ, ਜਾਂ ਰਿਹਾ ਜਿਹਾ ਨਿਕਲੂਗਾ ਇਹ ਪਤਾ ਨਹੀਂ ਸੀ। ਪਰ ਸਰਪੰਚ ਬਾਰੇ ਜਾਂ ਮੈਂਬਰਾਂ ਬਾਰੇ ਤੁਸੀਂ ਐਤ ਕਹਿ ਨਹੀਂ ਸਕਦੇ, ਕਿਉਂਕਿ ਉਹ ਤਾਂ ਹਰ ਰੋਜ਼ ਤੁਹਾਡੇ ਮੱਥੇ ਲੱਗਦੇ ਆ। ਉਹਨਾਂ ਦਾ ਰਹਿਣ ਸਹਿਣ, ਖਾਣ ਪੀਣ ਸਾਰਾ, ਸਾਰੇ ਪਿੰਡ ਨੂੰ ਓਪਨ ਹੁੰਦਾ, ਇੱਕ ਖੁੱਲ੍ਹੀ ਕਿਤਾਬ ਵਾਂਗੂ ਹੁੰਦਾ। ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਚੰਗੇ ਸਰਪੰਚ ਚੁਣੇ ਜਾਣਗੇ, ਚੰਗੇ। ਇਹ ਡੈਮੋਕ੍ਰੇਸੀ ਦੀ ਨੀਂਹ ਹੈ, ਜਿਹੜੀਆਂ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨੀਂਹ ਹੈ। ਔਰ ਨੀਂਹ ਵਾਸਤੇ ਜਦੋਂ ਆਪਾਂ ਇੱਟਾਂ ਲੈਣ ਜਾਂਦੇ ਹਾਂ ਤਾਂ ਭੱਠੇ ਵਾਲੇ ਨੂੰ ਇਹ ਕਹਿੰਦੇ 1 ਰੁਪਇਆ 2 ਰੁਪਇਆ ਭਾਵੇਂ ਮਹਿੰਗੀ ਲਾ ਲਈ, ਪਰ ਦੋਮ ਸੋਮ ਨਾ ਦੇਈ, ਇੱਟ ਅਸਲੀ ਦੇ ਦੀ। ਸੋ ਨੀਹਾਂ ਦੇ ਵਿੱਚ ਇੱਟਾਂ ਚੰਗੀਆਂ ਲੱਗੀਆਂ ਹੋਣਗੀਆਂ ਤਾਂ ਬਿਲਡਿੰਗਾਂ ਅੱਛੀਆਂ ਬਣਗੀਆਂ। ਵਿਸ਼ੇਸ਼ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ, ਆਸ ਆ ਬਹੁਤ, ਉਹ ਤਾਂ ਸਾਰੇ ਪੰਜਾਬ ਵਾਸਤੇ ਹੈ, 5 ਲੱਖ ਰੁਪਈਆ। ਬਾਕੀ ਸਾਰੇ ਪਿੰਡ ਦੀ ਜੋ ਪਹਿਲੀ ਡਿਮਾਂਡ, ਚਾਹੇ ਸਟੇਡੀਅਮ ਹੋਵੇ, ਚਾਹੇ ਉਹ ਸਕੂਲ ਹੋਵੇ, ਚਾਹੇ ਮੁਹੱਲਾ ਕਲੀਨਿਕ ਹੋਵੇ, ਚਾਹੇ ਸੜਕਾਂ ਹੋਣ, ਉਹ ਉਹਨਾਂ ਦੀ ਡਿਮਾਂਡ ਹੈ। ਮੈਂ ਚਾਹੁੰਦਾ ਪਿੰਡਾਂ 'ਚ ਭਾਈਚਾਰਕ ਸਾਂਝ ਬਣੀ ਰਹੇ। ਮਾਨ ਸਾਹਿਬ, ਇੱਕ ਨਾ ਕੇਂਦਰ ਸਰਕਾਰ ਲੈਬੋਰਟਰੀ ਟੈਕਨੀਸ਼ੀਅਨ ਵਾਸਤੇ ਇੱਕ ਗਲਤ ਕਾਨੂੰਨ ਲੈ ਕੇ ਆ ਰਹੀ ਹੈ, ਜਿਹਦੇ ਨਾਲ 15,000 ਤਕਰੀਬਨ ਪੂਰੇ ਪੰਜਾਬ ਦੇ ਵਿੱਚ ਲੈਬੋਰਟਰੀਆਂ, ਪੰਜਾਬ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਦਾ ਗਲਤ ਕਾਨੂੰਨ ਲਾਗੂ ਨਹੀਂ ਕੀਤਾ। ਸਰ ਉਹਨਾਂ 8 ਤੋਂ 12 ਤਰੀਕ ਡੈਡਲਾਈਨ ਦਿੱਤੀ ਹੋਈ ਹੈ, ਜਿਹੜੇ ਕਾਨੂੰਨ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਸੱਟ ਵੱਜਦੀ ਹੈ, ਜਾਂ ਪੰਜਾਬ ਦੇ ਕਿਸੇ ਵਪਾਰ ਨੂੰ ਸੱਟ ਵੱਜਦੀ ਹੈ, ਜਾਂ ਪੰਜਾਬ ਦੀ ਖੇਤੀ ਨੂੰ ਸੱਟ ਵੱਜਦੀ ਹੈ, ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ, ਭਾਵੇਂ ਪੰਜਾਬ ਦਾ, ਉਹ ਲਾਗੂ ਨਹੀਂ ਹੋਊਗਾ। ਸਰ, ਜੈ ਮਿਲਾਪ ਐਸੋਸੀਏਸ਼ਨ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹੈ, ਸਿਹਤ ਮੰਤਰੀ ਸਾਹਿਬ ਨੂੰ ਤੁਹਾਡੇ ਨਾਲ ਮਿਲਣ ਦਾ ਟਾਈਮ ਆਉਂਦਾ ਜੀ, ਕਿਰਪਾ ਕਰਕੇ ਮਿਲਾਂਗੇ ਜੀ, ਹਰ ਰੋਜ਼ ਮਿਲਦੇ ਰਹਿੰਦੇ ਹਾਂ, ਕਿਉਂਕਿ 8 ਤੋਂ 12 ਹਰ ਰੋਜ਼ ਮਿਲਦੇ ਰਹਿੰਦੇ ਹਾਂ। ਫਿਲਹਾਲ ਪੰਚਾਇਤਾਂ ਸੁੱਖ ਸ਼ਾਂਤੀ ਨਾਲ ਨਿਬੜ ਜਾਣ ਔਰ ਬਿਨਾਂ ਕਿਸੇ ਝਗੜੇ ਤੋਂ, ਬਿਨਾਂ ਕਿਸੇ ਲੜਾਈਆਂ ਤੋਂ ਹੋ ਜਾਣ, ਚੰਗੇ ਸਰਪੰਚ ਮੈਂਬਰ ਚੁਣੇ ਜਾਣ ਤਾਂ ਕਿ ਉਹ ਆਪਣੇ ਪਿੰਡਾਂ ਦੀ ਤਰੱਕੀ ਵਾਸਤੇ ਸਾਡੇ ਕੋਲ ਆਉਣ, ਪਿੰਡਾਂ ਵਾਸਤੇ ਗਰਾਂਟਾਂ ਮੰਗਣ, ਕਿਉਂਕਿ ਪੈਸਾ ਪਿੰਡਾਂ ਦਾ ਹੀ ਹੈ, ਪੈਸਾ ਸ਼ਹਿਰਾਂ ਦਾ ਹੀ ਹੈ, ਕਸਬਿਆਂ ਦਾ ਹੀ ਹੈ, ਲੋਕਾਂ ਦੇ ਟੈਕਸ ਦਾ ਪੈਸਾ। ਅਤੇ ਉਹ ਪਿੰਡਾਂ 'ਤੇ ਲੱਗੇ ਅਤੇ ਪਿੰਡ ਚਮਕਣ, ਇਹ ਨਾ ਹੋਵੇ ਕਿ ਮਤਲਬ ਸਰਪੰਚ ਜਿਹੜਾ ਜਾਂ ਪੰਚਾਇਤ ਹੈ ਉਹ ਪਿੰਡ ਦੀ ਉਹ ਵਿਰੋਧੀ ਹੋ ਜਾਏ ਕਿ ਅਸੀਂ ਪੈਸੇ ਨਹੀਂ ਲੱਗਣ ਦੇਣੇ, ਇਹਦੇ ਨਾਲ ਸਾਡੀ ਹੇਠੀ ਹੁੰਦੀ ਹੈ, ਸਾਡਾ ਨੱਕ ਨਹੀਂ ਰਹਿੰਦਾ, ਅਸੀਂ ਫਲਾਨੀ ਪਾਰਟੀ ਦੀਆਂ ਇਸੇ ਕਰਕੇ ਅਸੀਂ ਜਿਹੜੇ ਚੋਣ ਨਿਸ਼ਾਨ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ, ਉਹ ਅਸੀਂ ਫ੍ਰੀ ਕੀਤੇ ਨੇ ਕਿ ਲੋਕਲ ਚੋਣ ਨਿਸ਼ਾਨਾਂ 'ਤੇ ਲੜੋ, ਸਰਪੰਚ ਪਿੰਡ ਦਾ ਹੋਣਾ ਚਾਹੀਦਾ, ਨਾ ਕਿ ਕਿਸੇ ਪਾਰਟੀ। ਬਿਲਕੁਲ ਠੀਕ ਹੈ, ਅੱਜ ਪਿੰਡ ਆ ਕੇ ਹੋਰ ਠੀਕ ਹੋ ਗਏ।